ਜੂਲੀਅਨ ਅਸਾਂਜੇ, ਤੁਸੀਂ ਜਾਣਦੇ ਹੋ ਕਿ ਬਹੁਤ ਮਸ਼ਹੂਰ ਇਹ ਜਿਹੜਾ ਨਾਮ ਹੈ ਜੂਲੀਅਨ ਅਸਾਂਜੇ, ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਕਰੀਨ ਦੇ ਉੱਤੇ। ਸੋ ਇਹਨਾਂ ਦੇ ਬਾਰੇ ਮੈਂ ਥੋੜ੍ਹਾ ਜਿਹਾ ਆਪ ਜੀ ਨੂੰ ਦੱਸਣਾ ਚਾਹੂੰਗਾ ਕਿ ਪਿਛਲੇ 7 ਸਾਲ ਤੋਂ ਲੰਡਨ ਦੇ ਵਿੱਚ ਐਕਵਾਡੋਰ ਇੱਕ ਮੁਲਕ ਹੈਗਾ, ਉਹਨਾਂ ਦੀ ਅੰਬੈਸੀ ਲੰਡਨ ਦੇ ਵਿੱਚ ਜਿਹੜੀ ਹੈ, ਪਿਛਲੇ 7 ਸਾਲ ਤੋਂ ਉੱਥੇ ਇਹਨਾਂ ਨੇ ਸ਼ਰਨ ਲਈ ਹੋਈ ਸੀ ਉਸ ਅੰਬੈਸੀ ਦੇ ਅੰਦਰ। ਇਹਨਾਂ ਦੇ ਬਾਰੇ, ਇਹਨਾਂ ਦਾ ਪਾਸਟ ਮੈਂ ਦੱਸ ਦੇਵਾਂ ਜੀ। ਜੂਲੀਅਨ ਅਸਾਂਜੇ ਜੋ ਆਸਟ੍ਰੇਲੀਆ ਦੇ ਰਹਿਣ ਵਾਲੇ ਨੇ, ਉੱਥੋਂ ਦੇ ਜੰਮਪਲ ਨੇ, 46 ਸਾਲ ਇਹਨਾਂ ਦੀ ਉਮਰ ਹੈ, ਅਤੇ ਉੱਥੇ ਇਹ ਸੰਵਿਧਾਨਕ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਜਾਂ ਲੋਕਾਂ ਦੇ ਹੱਕਾਂ ਲਈ ਉੱਥੇ ਲੜਦੇ ਰਹੇ ਨੇ। ਇਹ ਕਾਲਜ ਦੇ ਵਿਦਿਆਰਥੀ ਸੀ, ਯੂਨੀਵਰਸਿਟੀ ਦੇ ਵਿਦਿਆਰਥੀ, ਉੱਥੋਂ ਲੈ ਕੇ ਇਹਨਾਂ ਨੇ ਸਾਰਾ ਜੋ ਸੰਵਿਧਾਨਕ ਤਰੁੱਟੀਆਂ ਹੁੰਦੀਆਂ ਜਾਂ ਆਮ ਆਪਾਂ ਕਹਿ ਲੈਂਦੇ ਜਿਹੜੇ ਸਾਡੇ ਵੀ ਨੌਜਵਾਨ ਜਾਂ ਸਾਡੇ ਐਸੇ ਕਾਫੀ ਲੀਡਰ ਹੈਗੇ ਨੇ ਜੋ ਸੰਵਿਧਾਨਕ ਤਰੁੱਟੀਆਂ ਦੇ ਖਿਲਾਫ ਜਾਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਦੇ ਨੇ। ਸੋ ਇਸ ਤਰ੍ਹਾਂ ਦੇ ਇਹ ਇਨਸਾਨ ਸੀ। ਇਹਨਾਂ ਨੇ ਫਿਰ ਇੱਕ ਵੈਬਸਾਈਟ ਜਿਹੜੀ ਹੈਗੀ ਹੈ ਉਹਦਾ ਜਿਹੜਾ ਸੰਸਥਾਪਨ ਕੀਤਾ ਉਹ ਵਿਕੀ ਲੀਕਸ। ਸੋ ਇੱਕ ਵਿਕੀਪੀਡੀਆ, ਇੱਕ ਵਿਕੀ ਲੀਕਸ, ਉਹਦੇ ਕਰਕੇ ਇਹਨਾਂ ਨੂੰ ਜਾਣਿਆ ਗਿਆ ਪੂਰੀ ਦੁਨੀਆ ਦੇ ਵਿੱਚ। ਵਿਕੀ ਲੀਕਸ ਕੀ ਹੈ ਮੈਂ ਤੁਹਾਨੂੰ ਦੱਸ ਦੇਵਾਂ ਜੀ। ਇੰਟਰਨੈਟ ਦੇ ਉੱਤੇ ਤੁਸੀਂ ਜਾਓ ਅਤੇ ਇੱਕ ਵੈਬਸਾਈਟ ਹੈਗੀ ਹੈ ਜਿਹਦੇ ਉੱਤੇ ਖੁਲਾਸੇ ਕੀਤੇ ਗਏ ਜੂਲੀਅਨ ਅਸਾਂਜੇ ਵੱਲੋਂ। ਇਹ ਖੁਲਾਸੇ ਕੀ ਸੀ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਚਾਹੁੰਦਾ। ਅਮੈਰੀਕਾ ਦਾ ਇਰਾਕ ਅਤੇ ਅਫਗਾਨਿਸਤਾਨ ਦੇ ਖਿਲਾਫ ਜਿਹੜਾ ਯੁੱਧ ਹੋਇਆ ਸੀ ਜਾਂ ਉਹ ਹੁਣ ਤੱਕ ਉੱਥੇ ਲੜਾਈ ਜਿਹੜੀ ਲੜਦੇ ਆ ਰਹੇ ਨੇ, ਅਤੇ ਉਹਦੇ ਖਿਲਾਫ ਜੋ ਅਮੈਰੀਕਾ ਦੀ ਸਾਜਿਸ਼ ਜਾਂ ਕਿਵੇਂ ਉਹ ਯੁੱਧ ਉੱਥੇ ਥੋਪਿਆ ਗਿਆ, ਇਸ ਗੱਲ ਦਾ ਖੁਲਾਸਾ ਵਿਕੀ ਲੀਕਸ ਦੇ ਉੱਤੇ ਜੂਲੀਅਨ ਅਸਾਂਜੇ ਨੇ ਕੀਤਾ। ਐਸੇ ਅਮਰੀਕਾ ਦੇ ਜਿਹੜੇ ਉਹਨਾਂ ਦੇ ਸੀਕ੍ਰੇਟ ਦਸਤਾਵੇਜ਼ ਸੀਗੇ ਉਸਤੋਂ ਕਿਸੇ ਤਰ੍ਹਾਂ ਹੈਕ ਕਰਕੇ ਅਤੇ ਇਸ ਵੈਬਸਾਈਟ ਦੇ ਉੱਤੇ ਪਾ ਦਿੱਤੇ। ਇਹਦੇ ਨਾਲ ਨਾਲ ਹੀ ਅਮਰੀਕਾ, ਇੰਗਲੈਂਡ, ਨਾਟੋ ਬਾਰੇ ਵੀ 4 ਲੱਖ ਤੋਂ ਜ਼ਿਆਦਾ ਦਸਤਾਵੇਜ਼ ਜਿਹੜੇ ਹੈਗੇ ਆ ਜੂਲੀਅਨ ਅਸਾਂਜੇ ਹੋਰਾਂ ਨੇ ਵਿਕੀ ਲੀਕਸ ਦੇ ਉੱਤੇ ਪਾ ਦਿੱਤੇ, ਜਿਸ ਤੋਂ ਬਾਅਦ ਇਹ ਚਰਚਾ ਦੇ ਵਿੱਚ ਆਏ। ਪੂਰੀ ਦੁਨੀਆ ਦੇ ਵਿੱਚ ਇੱਕ ਵਾਰ ਜਿਹੜੀ ਖਲਬਲੀ ਮੱਚ ਗਈ ਕਿ ਆਖਰ ਇਹ ਹੋ ਕੀ ਗਿਆ। ਇੱਕ ਆਪਾਂ ਆਮ ਗੱਲ ਕਰਦੇ ਹਾਂ ਕਿ ਅਮਰੀਕਾ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਲੜਦਾ ਜਿੱਥੇ ਅੱਤਵਾਦ ਹੈ ਅਤੇ ਉਹ ਅੱਤਵਾਦ ਖਤਮ ਕਰਨ ਦੀ ਕੋਸ਼ਿਸ਼ ਕਰਦਾ, ਪਰ ਜੇ ਇਹਨਾਂ ਦੇ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਉਹ ਕੁਝ ਹੋਰ ਹੀ ਕਹਿੰਦੇ ਨੇ ਕਿ ਕਿੱਦਾਂ ਪ੍ਰੀ ਪਲੈਂਡ ਉਹ ਸਾਰਾ ਜਿਹੜਾ ਯੁੱਧ ਉੱਥੇ ਕੀਤਾ ਗਿਆ, ਜਿਹੜੀ ਵਾਰ ਹੁਣ ਤੱਕ ਉੱਥੇ ਲੱਗੀ ਗਈ ਹੈ, ਉਹਦੇ ਨਾਲ ਇੱਕ ਵਾਰੀ ਖਲਬਲੀ ਮੱਚ ਗਈ ਅਤੇ ਅਮਰੀਕਾ ਨੂੰ ਇਹ ਲੋੜੀਂਦੇ ਹੋ ਗਏ ਜੂਲੀਅਨ ਅਸਾਂਜੇ, ਅਤੇ ਇਹਨਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਪੱਛਮੀ, ਆਪਾਂ ਕਹਿ ਲਈਏ ਲਗਭਗ ਸਾਰੇ ਹੀ ਪੱਛਮੀ ਮੁਲਕਾਂ ਦੇ ਵਿੱਚ ਇਹ ਲੋੜੀਂਦੇ ਹੋ ਗਏ, ਸਾਰਿਆਂ ਨੂੰ ਇਹਨਾਂ ਦੀ ਭਾਲ ਸੀ। ਅਤੇ 7 ਸਾਲ ਪਹਿਲਾਂ ਯਾਨੀ ਕਿ 2012 ਦੇ ਵਿੱਚ ਇਹ ਲੰਡਨ ਦੀ ਐਕਵਾਡੋਰ ਮੁਲਕ ਦੀ ਜਿਹੜੀ ਅੰਬੈਸੀ ਹੈ ਉੱਥੇ ਇਹਨਾਂ ਨੇ ਸ਼ਰਨ ਲੈ ਲਈ। ਸੋ ਸ਼ਰਨ ਲੈਣ ਤੋਂ ਬਾਅਦ ਇਹ ਉੱਥੇ ਅੰਦਰ ਹੀ ਰਹੇ। ਇਹ ਗੱਲ ਬੜੀ ਜਿਹੜੀ ਚਰਚਾ ਦੇ ਵਿੱਚ ਆਈ, ਆਮ ਲੋਕ ਹੈਰਾਨ ਹੋ ਜਾਂਦੇ ਨੇ ਕਿ 7 ਸਾਲ ਉਸ ਅੰਬੈਸੀ ਦੇ ਅੰਦਰ ਰਹਿ ਲਏ, ਕਿਉਂਕਿ ਅੰਬੈਸੀ ਇੱਕ ਇਹੋ ਜਿਹਾ ਜਗ੍ਹਾ ਹੁੰਦੀ ਹੈ, ਇਹੋ ਜਿਹਾ ਪਲੇਟਫਾਰਮ ਜਿੱਥੇ ਕੋਈ ਵੀ ਇੰਟਰਫੇਅਰ ਨਹੀਂ ਕਰ ਸਕਦਾ ਉਹਨਾਂ ਦੀ ਇਜਾਜ਼ਤ ਤੋਂ ਖਿਲਾਫ। ਸੋ ਪੂਰੇ 7 ਸਾਲ ਬਾਅਦ ਯਾਨੀ ਕਿ 11 ਅਪ੍ਰੈਲ ਵਾਲੇ ਦਿਨ ਉੱਥੋਂ ਦੀ ਜਿਹੜੀ ਅੰਬੈਸੀ ਦੇ ਜਿਹੜਾ ਉਦੇਸ਼ ਹੈਗਾ ਉਹਨਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਇਹਨਾਂ ਦੀ ਸੁਰੱਖਿਆ ਕਰਨ ਤੋਂ। ਸੁਰੱਖਿਆ ਜਿਹੜੇ ਸੰਬੰਧੀ ਜਿਹੜੇ ਪੈਰ ਪਿੱਛੇ ਖਿੱਚ ਲਏ, ਉਸ ਤੋਂ ਬਾਅਦ ਲੰਡਨ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਵੈਸਟ ਮਿਨਿਸਟਰ ਕੋਰਟ ਦੇ ਵਿੱਚ ਪੇਸ਼ ਕੀਤਾ। ਉੱਥੇ ਇਹਨਾਂ 'ਤੇ ਦੋਸ਼ ਇਹ ਲੱਗੇ ਨੇ ਕਿ ਇਹਨਾਂ ਨੇ ਗ੍ਰਿਫਤਾਰੀ ਨਹੀਂ ਦਿੱਤੀ, ਇਹ ਉੱਥੇ ਅੰਦਰ ਜਿਹੜੇ ਲੁਕੇ ਰਹੇ। ਅਤੇ ਵੱਡਾ ਦੋਸ਼ ਜਿਹੜਾ ਇਹਨਾਂ 'ਤੇ ਹੈਗਾ ਉਹ ਇਹ ਹੈ ਕਿ ਅਮੈਰੀਕਾ ਦੇ ਜਿਹੜੀ ਚੁਣੌਤੀ ਦਿੱਤੀ, ਅਮੈਰੀਕਾ ਨੂੰ ਜਿਹੜੀ ਚੁਣੌਤੀ ਇਹਨਾਂ ਨੇ ਦਿੱਤੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹਨਾਂ ਦੇ ਦੋਸ਼ ਸਾਬਤ ਹੋ ਜਾਂਦੇ ਨੇ ਅਤੇ ਇਹਨਾਂ ਨੂੰ ਅਮੈਰੀਕਾ ਦੇ ਵਿੱਚ ਭੇਜਿਆ ਜਾਣਾ, ਉਸ ਤੋਂ ਬਾਅਦ ਕੀ ਸਜ਼ਾਵਾਂ ਹੁੰਦੀਆਂ ਨੇ ਇਹ ਅਮੈਰੀਕਾ ਹੀ ਦੱਸੇਗਾ ਜਾਂ ਉੱਥੋਂ ਦੀਆਂ ਜਿਹੜੀਆਂ ਅਦਾਲਤਾਂ ਨੇ ਉਹ ਦੱਸਣਗੀਆਂ। ਇਹ ਗੱਲ ਅੱਜ ਕਿਉਂ ਕਰਨੀ ਪਈ ਹੈ ਕਿ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਆਵਾਜ਼ ਚੁੱਕਣ ਵਾਲਿਆਂ ਨੂੰ, ਜਸਟਿਸ ਵਾਸਤੇ ਆਵਾਜ਼ ਚੁੱਕਣ ਵਾਲਿਆਂ ਦੀ ਆਵਾਜ਼ ਜਿਹੜੀ ਦਬਾ ਦਿੱਤੀ ਜਾਂਦੀ ਹੈ, ਕਤਲ ਹੋ ਜਾਂਦੇ ਨੇ, ਕਤਲ ਹੋ ਜਾਂਦੇ, ਐਸੇ ਪੱਤਰਕਾਰ ਵੀ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ, ਐਸੇ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਅਸੀਂ ਸ਼ਾਇਦ ਸੋਚਦੇ ਹਾਂ ਕਿ ਬਾਹਰਲੇ ਮੁਲਕ ਜਿਹੜੇ ਹੈਗੇ ਉੱਥੇ ਇਹ ਗੱਲਾਂ ਨਹੀਂ ਹੈਗੀਆਂ, ਬਹੁਤ ਹੀ ਵਧੀਆ ਜਿਹੜਾ ਸਾਰਾ ਕੁਝ ਹੈਗਾ ਸਿਸਟਮ, ਪਰ ਇੱਥੇ ਵੀ ਬਹੁਤ ਕੁਝ ਐਸਾ ਹੁੰਦਾ ਜੋ ਸਾਡੇ ਤੱਕ, ਕਿਉਂਕਿ ਅਸੀਂ ਇੰਟਰਨੈਸ਼ਨਲ ਖਬਰਾਂ ਵੱਲ ਬਹੁਤ ਘੱਟ ਧਿਆਨ ਦਿੰਦੇ ਹਾਂ, ਜੇਕਰ ਦੇਈਏ ਤਾਂ ਸਾਨੂੰ ਪਤਾ ਲੱਗਦਾ ਕਿ ਕੀ ਹੋ ਰਿਹਾ। ਪਿੱਛੇ ਜੇ ਸਾਊਦੀ ਅਰਬ ਦੇ ਖਿਲਾਫ ਜਿਹੜੇ ਇੱਕ ਪੱਤਰਕਾਰ ਸੀ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਹਨਾਂ ਦਾ ਕਤਲ ਵੀ ਕਰ ਦਿੱਤਾ ਗਿਆ। ਅਤੇ ਇਸ ਤੋਂ ਬਾਅਦ ਆਪਾਂ ਜੂਲੀਅਨ ਅਸਾਂਜੇ ਦੀ ਗੱਲ ਕਰਦੇ ਹਾਂ, ਅਤੇ ਇਹਨਾਂ ਨੇ ਕੀ ਕੀਤਾ ਜੀ, ਉਹ ਸਾਰੇ ਜਿਹੜੇ ਦਸਤਾਵੇਜ਼ ਹੈਗੇ ਆ ਨਾਟੋ ਦੇ ਨਾਲ ਸੰਬੰਧਿਤ, ਇੰਗਲੈਂਡ ਦੀ ਸਰਕਾਰਾਂ ਦੇ ਨਾਲ ਸੰਬੰਧਿਤ, ਅਮੈਰੀਕਾ ਨਾਲ ਸੰਬੰਧਿਤ, ਇਹ ਸਾਰੇ ਜਿਹੜੇ ਆ ਉਹਨਾਂ ਨੂੰ ਜਨਤਕ ਕਰ ਦਿੱਤਾ ਵਿਕੀ ਲੀਕਸ ਦੇ ਉੱਤੇ। ਅਤੇ ਇਹਨਾਂ ਨੂੰ ਬਾਅਦ ਵਿੱਚ ਫਿਰ ਇਹ ਜਿਹੜੀਆਂ ਪ੍ਰੋਬਲਮਸ ਸ਼ੁਰੂ ਹੋਈਆਂ, ਕਿਉਂਕਿ ਜਦੋਂ ਤੁਸੀਂ ਕੋਈ ਐਸੀ ਗੱਲ ਕਰਦੇ ਹੋ ਤਾਂ ਤੁਹਾਡੇ ਉੱਤੇ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਆ ਜਾਂਦੀਆਂ ਨੇ। ਅਤੇ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ, ਉਸ ਤੋਂ ਬਾਅਦ ਇਹਨਾਂ ਨੂੰ ਭੇਜਣਾ ਅਮੈਰੀਕਾ ਦੇ ਵਿੱਚ ਭੇਜਦੇ ਨੇ ਜਾਂ ਇਹਨਾਂ ਨੂੰ ਇੱਥੇ ਛੱਡ ਦਿੱਤਾ ਜਾਂਦਾ ਜੇਕਰ ਦੋਸ਼ ਨਹੀਂ ਸਾਬਤ ਹੁੰਦੇ। ਸੋ ਇਹ ਸਾਰਾ ਕੁਝ ਹੈਗਾ, ਪਰ ਅੱਜ ਵੀ ਆਪਾਂ ਇਹ ਗੱਲ ਕਰਦੇ ਹਾਂ ਕਿ ਉਹ ਲੋਕ ਵੀ ਹੈਗੇ ਨੇ ਜੋ ਇਹਨਾਂ ਲੋਕਾਂ ਦੀ ਜਿਹੜੀ ਆ ਮਦਦ ਲਈ ਅੱਗੇ ਆਉਂਦੇ ਨੇ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਲੰਡਨ ਦੇ ਵਿੱਚ ਵੀ ਮੁਜ਼ਾਹਰਾ ਕੀਤਾ ਗਿਆ, ਆਮ ਲੋਕਾਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਸੀਗੇ ਜਿਹਦੇ ਉੱਤੇ ਲਿਖਿਆ ਸੀਗਾ ਫ੍ਰੀ ਜੂਲੀਅਨ ਅਸਾਂਜੇ, ਉਹਨਾਂ ਨੂੰ ਛੱਡਿਆ ਜਾਵੇ,
ਕਿਉਂਕਿ ਜੋ ਉਹਨਾਂ ਨੇ ਖੁਲਾਸੇ ਕੀਤੇ ਨੇ ਉਹ ਆਮ ਲੋਕਾਂ ਦੇ ਹਿੱਤ ਦੇ ਵਿੱਚ ਨੇ। ਇਹ ਸਾਰੇ ਜਿਹੜੇ ਉੱਥੇ ਲੋਕਾਂ ਨੇ ਜਿਹੜੀ ਆਵਾਜ਼ ਉਠਾਈ, ਸਿਰਫ ਰੋਸ ਮੁਜ਼ਾਹਰਿਆਂ 'ਤੇ ਸੀਮਤ ਨਹੀਂ ਰਹੇ ਲੋਕ, ਇਹਨਾਂ ਨੇ ਬਾਅਦ ਵਿੱਚ ਇੱਕ ਔਨਲਾਈਨ ਪਟੀਸ਼ਨ ਵੀ ਚਲਾ ਦਿੱਤੀ ਹੈ। ਔਨਲਾਈਨ ਪਟੀਸ਼ਨ ਚਲਾ ਕੇ ਉਹਦੇ ਉੱਤੇ ਲੋਕਾਂ ਦੇ ਸਾਈਨ ਮੰਗੇ ਜਾ ਰਹੇ ਨੇ ਕਿ ਇਹ ਸਾਈਨ ਜਿਹੜੇ ਤੁਸੀਂ ਕਰੋ ਤਾਂ ਕਿ ਜੂਲੀਅਨ ਅਸਾਂਜੇ ਨੂੰ ਫ੍ਰੀ ਕਰਵਾਇਆ ਜਾਵੇ। ਅਤੇ ਉਸ ਤੋਂ ਬਾਅਦ ਆਪਾਂ ਦੇਖੀਏ ਜੂਲੀਅਨ ਅਸਾਂਜੇ ਜਿਨ੍ਹਾਂ ਨੇ ਇੱਕ ਜਿੱਤ ਦਾ ਸਾਈਨ ਜਿਹੜਾ ਉਹ ਮੀਡੀਆ ਦੇ ਸਾਹਮਣੇ ਬਣਾਇਆ ਜਦੋਂ ਉਹਨਾਂ ਨੂੰ ਪੁਲਿਸ ਫੜ ਕੇ ਲੈ ਕੇ ਜਾ ਰਹੀ ਸੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕੀ ਹੁੰਦਾ। ਪਰ ਇੱਕ ਗੱਲ ਆਪਾਂ ਇਹ ਕਰਦੇ ਹਾਂ, ਅੱਜ ਜੋ ਇਹ ਜਿਹੜਾ ਨਤੀਜਾ ਨਿਕਲਦਾ, ਇੱਕ ਸਿੱਟਾ ਮੋਰਲ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਕਿ ਜਦੋਂ ਵੀ ਸੱਚ ਦੀ ਆਵਾਜ਼ ਚੁੱਕਣੀ ਹੋਵੇ ਤਾਂ ਕਠਿਨਾਈਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਇਸੇ ਤਰ੍ਹਾਂ ਹੀ ਆਉਂਦੀਆਂ ਨੇ ਜਿਵੇਂ ਅੱਜ ਜੂਲੀਅਨ ਅਸਾਂਜੇ ਉੱਤੇ ਆਈਆਂ ਨੇ। ਸੋ ਇਹ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।